ਅਸਲਾਮ ਵਾਲੇਕਮ ਦੋਸਤੋ, ਮੈਂ ਤੁਹਾਡਾ ਮੇਜ਼ਬਾਨ ਰਜਬ ਅਲੀ, ਤੁਸੀਂ ਵੇਖ ਰਹੇ ਨੀਲੀ ਪੰਜਾਬ ਟੀਵੀ। ਸਭ ਤੋਂ ਪਹਿਲਾਂ ਆਪਣੇ ਚੈਨਲ ਕਰੋ ਸਬਸਕ੍ਰਾਈਬ, ਬੈਲ ਆਈਕਾਨ ਦੇ ਬਟਨ ਕਰੋ ਓਕੇ, ਤਾਂ ਕਿ ਸਾਡੀ ਨਵੀਂ ਆਉਣ ਵਾਲੀ ਵੀਡੀਓ ਤੁਹਾਨੂੰ ਪਹੁੰਚ ਸਕੇ। ਦੋਸਤੋ, ਅੱਜ ਤੁਹਾਡੇ ਵਾਸਤੇ ਜਨਾਬ ਇੱਕ ਬੜੀ ਖੂਬਸੂਰਤ ਮੱਝ ਦੀ ਵੀਡੀਓ ਲੈ ਕੇ ਆਇਆ। ਕੈਮਰਾਮੈਨ ਸਾਹਿਬ, ਮੱਝ ਦਿਖਾਓ, ਉਸ ਤੋਂ ਬਾਅਦ ਮਾਲਕ ਨਾਲ ਗੱਲ ਕਰਾਂਗੇ। ਦੋਸਤੋ, ਇਹ ਦੇਖੋ ਮਾਸ਼ਾਅੱਲਾ, ਪਿਓਰ ਨੀਲੀ ਦੀ ਮੱਝ, ਬਰੀਕ ਪੂਛਲ। ਇਹ ਦੋ ਜਨਾਬ ਇਹਦੇ ਨੀਲੀ ਦੀ ਨਿਸ਼ਾਨੀ ਦੇ ਬਟਨ ਆ ਜਨਾਬ, ਦੋ ਖੜੇ ਥਾਣ ਤੁਹਾਡੇ ਸਾਹਮਣੇ ਨੇ, ਪੂਰੀਆਂ ਵਿਰਲਾਂ 'ਤੇ ਨੇ। ਹਵਾਨਾ ਮਾਸ਼ਾਅੱਲਾ ਚੰਗਾ, ਪਿੱਛੇ ਵੀ ਚੰਗਾ ਹਵਾਨਾ ਕੱਢਦੀ, ਅੱਗੇ ਵੀ। ਬਾਕੀ ਕਿੰਨੇ ਦਿਨਾਂ ਦੀ ਸੂਈ ਆ, ਕੀ ਹਿਸਾਬ ਕਿਤਾਬ ਹੈ, ਸਾਰਾ ਹੀ ਮਾਲਕ ਕੋਲੋਂ ਪੁੱਛਾਂਗੇ। ਚਵਾਈ ਇਹਦੀ ਵੀ ਨਾਲ ਕਰਵਾਵਾਂਗੇ, ਕਿਉਂਕਿ ਮਾਸ਼ਾਅੱਲਾ ਸਫ਼ਰ ਕਾਫੀ ਸਾਨੂੰ ਪੈ ਜਾਂਦਾ ਹੈ। ਇਹ ਜਨਾਬ ਦੇਖੋ, ਵੱਡੀ ਵੱਡੀ ਪਸ਼ਮ ਹੈ, ਸਿਆਹ ਕਾਲੀਆਂ ਅੱਖਾਂ ਨੇ, ਮੱਥਾ ਵੀ ਕਾਲਾ, ਨਿੱਕੀ ਜਿਹੀ ਫੁੱਲੀ ਹੈ ਮੱਥੇ ਦੇ ਵਿੱਚ। ਬਾਕੀ ਇਹ ਮੂੰਹ ਦੀ ਜਨਾਬ ਦੇਖੋ, ਬੜੀ ਅਸੀਲ ਸਾਊ ਹੈ। ਬਾਕੀ ਭਾਈ ਨੂੰ ਛੱਡ ਕੇ ਨਾ ਪਰਾਂ ਨੂੰ ਟੋਰੋ ਨਾ। ਬਾਕੀ ਇਹਨੇ ਖੁਰ ਦੇਖੋ ਜਨਾਬ, ਬਿਲਕੁਲ ਛੋਟੇ ਛੋਟੇ ਕੌੜੀ ਰੰਗੇ ਖੁਰ ਨੇ ਮਾਸ਼ਾਅੱਲਾ, ਬੜੇ ਪਿਆਰੇ। ਹਵਾਨਾ ਤੁਰਦੀ ਫਿਰਦੀ ਪੁੱਠਾ ਜਨਾਬ ਦੇਖੋ, ਮਾਸ਼ਾਅੱਲਾ ਬੜਾ ਚੌੜਾ ਪੁੱਠਾ ਇਹਦਾ, ਸੋਹਣੀ ਸੁਥਰੀ ਇੱਕ ਕੱਡੀ ਦੀ ਮੱਝ, ਬੜੀ ਪਿਆਰੀ ਤੁਰਦੀ ਫਿਰਦੀ ਤੁਸੀਂ ਦੇਖ ਰਿਹਾ ਜੇ, ਬਿਲਕੁਲ ਬਰੀਕ ਪੂਛਲ ਹੈ। ਬਾਕੀ ਹਰ ਇੱਕ ਚੀਜ਼ ਜਨਾਬ ਮੇਰਾ ਕੈਮਰਾਮੈਨ ਤੁਹਾਨੂੰ ਤਸੱਲੀ ਨਾਲ ਦਿਖਾਵੇਗਾ। ਇਹ ਜਨਾਬ ਦੇਖੋ, ਹਰ ਪਾਸੋਂ ਮੇਰੇ ਕੈਮਰਾਮੈਨ ਨੇ ਤੁਹਾਨੂੰ ਤਸੱਲੀ ਨਾਲ ਦਿਖਾਤੀ ਹੈ। ਬਾਕੀ ਨਾਲ ਜਨਾਬ ਇਹਦੀ ਚਵਾਈ ਕਰਾਉਣੇ, ਨਾਲ ਹੀ ਮਾਲਕ ਨਾਲ ਕਰ ਲੈਂਦੇ ਹਾਂ ਗੱਲਬਾਤ। ਜਨਾਬ ਇਹਦੇ ਨਾਲ ਥੱਲੇ ਬੱਚਾ ਲਾਓ, ਬੱਚਾ ਲਿਆ। ਬੰਨਦੇ ਜਾਓ, ਨਹੀਂ ਖਾਂਦੇ। ਇਹਨੇ ਮਗਰ ਕੱਟੀ, ਇਹਨੇ ਮਗਰ ਵੀ ਕੱਟੀ ਹੈ। ਅੱਛਾ, ਇਹ ਤਨਵੀਰ ਭਾਈ ਇਹਨੇ ਮਗਰ ਕੱਟੀ ਕਿ ਕੱਟਾ? ਇਹਨੇ ਮਗਰ ਕੱਟੀ ਹੈ ਜੀ। ਅੱਛਾ, ਕਿੰਨੇ ਦਿਨਾਂ ਦੀ ਸੂਈ? ਇਹਨੂੰ ਜੀ 2 ਦਿਨ ਹੋ ਗਿਆ ਸੂਈ ਨੂੰ, ਤੀਸਰਾ ਦਿਨ। ਅੱਛਾ, ਤੀਸਰਾ ਦਿਨ ਸੂਈ ਨੂੰ? ਹਾਂਜੀ। ਕੱਟੀ ਨੂੰ ਛੱਡ ਕੇ ਕਿੰਨਾ ਕੁ ਦੁੱਧ ਕਰਦੀ ਸੀ? ਇਹ ਜੀ ਹੁਣ ਤੁਹਾਡੇ ਸਾਹਮਣੇ ਚਵਾਈ ਪਾ ਦੇਣਾ, ਮੈਂ ਆਪਾਂ ਨੂੰ ਕਿਉਂ ਹਿਸਾਬ ਕਿਤਾਬ ਲਾਈ ਰੱਖੇ, ਪਤਾ ਲੱਗ ਗਿਆ। ਨਹੀਂ, ਸਹੀ ਗੱਲ ਹੈ, ਵੈਸੇ ਅੰਦਾਜ਼ਾ 2 ਟਾਈਮ ਦਾ ਆਪਾਂ ਨੂੰ ਮਿਲਦਾ। 12 ਲੀਟਰ ਕਰੇਗੀ, 12 13 ਲੀਟਰ ਦੁੱਧ ਆਜ਼ਰ ਟਾਈਮ ਜਿਹੜਾ ਮਸਲ ਕਿੰਨੇ ਥੱਲੇ। ਅੱਲਾ ਦੇ ਹੁਕਮ ਨਾਲ ਛਿਲੇ ਤੋਂ ਬਾਅਦ ਮੈਂ 18 ਲੀਟਰ ਕਰੇਗੀ। ਪਿਛਲੇ ਸਵੇਰ ਦੁੱਧ ਮੈਂ 14 15 ਲੀਟਰ ਕਰਦੀ ਰਹੀ। ਅੱਛਾ, ਪਿਛਲੇ ਸਵੇਰ 14 15 ਲੀਟਰ ਦੁੱਧ ਕਰਦੀ ਰਹੀ ਹੈ। ਠੀਕ ਹੋ ਗਿਆ, ਤੇ ਹੁਣ ਆਜ਼ਰ ਟਾਈਮ 12 12 ਕਿਲੋ ਤੋਂ ਪੱਕਾ ਕਿ ਰਜੇ ਤੱਕ ਕੱਚੀ ਸਹੀ ਆ ਗਈ ਨਾੜੂ ਨਾਲ ਕੱਲ। ਹਾਂ, ਬੱਚੇ ਦੇ ਨਾਲ ਕੱਟੀ ਦੇ ਜਾਂ ਦਿਖਾਓ ਨਾ ਦੋਸਤੋ, ਇਹ ਨਾੜਵਾ ਨਾਲ ਲੈਂਦੇ। ਅੱਛਾ, ਬਾਕੀ ਦੀ ਮੁਨਾਸਬ ਜੀ ਕੀਮਤ ਦੱਸੋ, ਤੇ ਸੁਬਾ ਕਿਰਮਾ ਹੈ ਤੇ ਭਾਈ ਜਾਨ? ਤੀਸਰਾ ਸੁਬਾ ਹੁਣ ਸੂਈ ਹੈ। ਅੱਛਾ, ਤੀਸਰਾ ਸੁਬਾ ਸੂਈ ਹੈ ਕੀਮਤ? ਹਾਂਜੀ, ਤੀਸਰਾ ਸੁਬਾ ਹੁਣ ਸੂਈ ਹੈ। ਇਹਦੀ ਮੁਨਾਸਬ ਜੀ ਕੀਮਤ ਦੱਸੋ। ਮੁਨਾਸਬ ਇਹਦੀ ਕੀਮਤ 2,65,000 ਰੁਪਏ। 2,65,000? ਹਾਂਜੀ ਭਾਈ ਜੀ। ਇਹਦੇ ਚ ਕੋਈ ਪਿਆਰ ਮੁਹੱਬਤ? ਥੋੜਾ ਬਹੁਤ ਕੋਈ ਕਰਾਇਆ ਸ਼ਰਾਇਆ ਛੱਡ ਜਾਵਾਂਗੇ। ਮੱਝ ਮੇਰੀ ਬਹੁਤ ਚੰਗੀ ਪਿਓਰ ਨੀਲੀ ਦੀ ਮੱਝ। ਮੱਝ ਤਾਂ ਮਾਸ਼ਾਅੱਲਾ ਦਿਸੀ ਹੈ, ਚੌੜੀ ਵੇਖੋ, ਮੱਝ ਪੁੱਠਾ ਵੇ, ਮੱਝ ਦਾ ਕਿੱਡਾ ਚੌੜਾ ਹੈ। ਉਹ ਤਾਂ ਮਾਸ਼ਾਅੱਲਾ ਮੱਝ ਦਾ ਸੋਹਣ ਲਾਇਆ ਹੋਇਆ ਜਿੱਦ ਕਰਮਾ ਸੋ ਸੋਹਣੀ ਸੁਥਰੀ ਹੈ ਤੇ ਪੁਛਲ ਮੱਝ ਦੀ ਧਾਗੇ ਵਰਗੀ ਬਰੀਕ ਹੈ। ਪੁੱਠਾ ਟਾਕਾਂ ਕੁੱਡਾ ਸਭ ਦੋਸਤੋ, ਹਰ ਚੀਜ਼ ਮੇਰਾ ਕੈਮਰਾਮੈਨ ਨੇ ਤੁਹਾਨੂੰ ਤਸੱਲੀ ਨਾਲ ਦਿਖਾਈਏ। ਅਗਰ ਕਿਸੇ ਮੇਰੇ ਦੋਸਤ ਨੂੰ ਪਸੰਦ ਆਉਂਦੀ, ਸਾਡੇ ਨਾਲ ਰਾਬਤਾ ਕਰ ਸਕਦਾ 0307-6563-6551। ਸਾਡਾ ਵਟਸਐਪ ਨੰਬਰ ਵੀ, ਈਮੋ ਨੰਬਰ ਵੀ। ਇਹ ਜਨਾਬ ਦੇਖੋ, ਹਰ ਪਾਸੋਂ ਮੱਝ ਪੂਰੀ ਮਗਰ ਕੱਟੀ ਹੈ, ਕੱਚੀ ਸੂਈ ਹੈ, ਨਾੜਵਾ ਨਾਲ ਹੈ ਜਨਾਬ ਅਜੇ ਤੱਕ ਕਹਿੰਦੇ। ਬਾਕੀ 2,65,000 ਰੁਪਈਆਂ ਦੀ ਕੀਮਤ ਹੈ। ਕੈਮਰਾਮੈਨ ਸਾਹਿਬ ਇਹਦੀ ਤਸੱਲੀ ਕਰਾਓ, ਅਤੇ ਜਨਾਬ ਇਹਦੀ ਮਿੰਨਤੀ ਵੀ ਆਪਾਂ ਨਾਲ ਹੀ ਮਾਰ ਲੈਣੀ ਹੈ। ਇੱਥੇ ਥੱਲੇ ਵਿਖਾ ਨਾਲ, ਆ ਵੇ ਨਾੜਵਾ ਨਾਲ ਹੈ। ਅੱਗੋਂ ਮੈਂ ਕੱਟਿਆ ਥੋੜ੍ਹਾ ਜਿਹਾ ਲੰਮਾ ਸੀ, ਥੱਲੇ ਆਉਣਾ ਸੀ ਮੱਝ ਮੂੰਹ 'ਚ ਪਾਉਣੀ। ਬੜਾ ਕੁਛ ਕਰੇਗਾ, ਲੈ ਆ ਇੱਧਰ ਬਾਲਟੀ ਲਿਆਵੇ ਨਾ। ਕਸਮਾਸ ਫਸੂਲ ਸਭ ਕੁਛ ਨਜ਼ਰ ਆ ਰਿਹਾ ਤੁਹਾਨੂੰ। ਆ ਵੇਖੋ, ਬਾਕੀ ਬਾਕੀ
ਆਹ ਗਾੜੀ ਵੇਖੋ ਮਾਈ ਜੀ ਕਿਹੜੇ ਘਰ ਚ ਆਣਾ ਬੂਟੇ ਤੇ ਤੇ ਦੁੱਧ ਪਿਛਲੇ ਪਾਸੋਂ ਖਾ ਖੜਾ ਪਿਛਲੇ ਪਾਸੋਂ ਖਾਣਾ ਦੋ ਸਿਰ ਬੱਚੀ ਜੋ ਕੋਈ ਦੁੱਧ ਛੱਡਿਆ ਥੱਲੇ ਚੱਡਾ ਨੁੱਚੜ ਗਿਆ ਮਾਈ ਤਾਂ ਪਿਛੇ ਪਲਟਦੇ ਉਹਦੇ ਵਿੱਚ ਇੱਕ ਵਾਰ ਚੱਕ ਮਾਰ ਕੇ ਇੱਕ ਸਾਹਮਣੇ ਜਨਾਬ ਇਹਦੀ ਮਿਹਨਤੀ ਵੀ ਕਰਤੀ ਅਜੇ ਕੱਚੀ ਸੂਈ ਹੈ ਤੀਸਰਾ ਦਿਨ ਸੂਈ ਨੂੰ ਤੇ ਛੇ ਗੜਵੀਆਂ ਦੁੱਧ ਜਨਾਬ ਇਹਦੇ ਥੱਲੇ ਇੱਕ ਟਾਈਮ ਦਾ ਹੋਇਆ ਬਾਕੀ ਬੱਚੇ ਨੂੰ ਮਾਸ਼ਾਅੱਲਾ ਵਾਹਵਾ ਛੱਡਿਆ ਕੱਟੀ ਦੇ ਥੱਲੇ ਤੇ ਜਨਾਬ ਅਗਰ ਕਿਸੇ ਮੇਰੇ ਦੋਸਤ ਨੂੰ ਪਸੰਦ ਆਉਂਦੀ ਰਾਬਤਾ ਨੰਬਰ ਜਨਾਬ ਅਸੀਂ ਤੁਹਾਨੂੰ ਦੱਸ ਦਿੱਤਾ ਉਮੀਦ ਕਰਾਂਗੇ ਕਿ ਅੱਜ ਵਾਲੀ ਵੀਡੀਓ ਤੁਹਾਨੂੰ ਪਸੰਦ ਆਈ ਹੋਗੀ ਮਿਲਦੇ ਹਾਂ ਅਗਲੀ ਵੀਡੀਓ 'ਚ ਖੁਦਾ ਹਾਫਿਜ਼।